ਹੋਰਾਂ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਜੋੜਨ ਦੀ ਕੋਸ਼ਿਸ਼ ਕਰਨੀ ਹੈ, ਹੋਰਾਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰਨੀ, ਕਿਉਂਕਿ ਅੱਜ ਪਖੰਡ ਦਾ ਜਾਂ ਝੂਠ ਦਾ ਬਹੁਤਾ ਬੋਲਬਾਲ ਹੈ, ਵਹਿਮਾਂ ਭਰਮਾਂ ਵਿੱਚ ਲੋਕੀ ਬਹੁਤੇ ਫਸੇ ਹੋਏ ਆ। ਜਿਹੜੇ ਜਾਗਰੂਕ ਗੁਰੂ ਕੇ ਸਿੱਖ ਹਨ, ਚੜ੍ਹਦੀ ਕਲਾ ਵਾਲੇ ਜਿਹੜੇ ਨੇ, ਗੁਰਬਾਣੀ ਪੜ੍ਹਨ ਸਮਝਦੇ ਨੇ, ਵਿਚਾਰਦੇ ਨੇ, ਉਹ ਉਹਨਾਂ ਨੂੰ ਚਾਹੀਦਾ ਹੈ ਕਿ ਇੱਕ ਇੱਕ ਦੋ ਦੋ ਨੂੰ ਘਰ ਘਰ ਜਾ ਜਾ ਕੇ ਪਿਆਰ ਨਾਲ ਹੌਲੀ 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 ਜੋੜਨ ਦੀ ਕੋਸ਼ਿਸ਼ ਕਰੇ। ਇੱਕ ਨੂੰ ਵੀ ਜਿਹੜਾ ਬੰਦਾ ਜੋੜੇ, ਜੋੜਨ ਵਾਲਿਆਂ 'ਚ ਨਾਮ ਆਏਗਾ ਉਹਦਾ, ਜਿਹਨੇ ਤੋੜਿਆ ਉਹਦਾ ਤੋੜਨ ਵਾਲਿਆਂ 'ਚ ਹੀ ਆਉਣਾ, ਤੇ ਜੋੜਨ ਵਾਲਿਆਂ 'ਚ ਵੇਖ ਲਓ ਕਿੰਨੇ ਸੋਹਣੇ ਸੋਹਣੇ ਨਾਮ ਨੇ ਜਿਹਨਾਂ ਨੇ ਜੋੜਿਆ, ਕਿੰਨੇ ਕਿੰਨੇ ਭਜਨ ਵਾਲੀਆਂ ਬੰਦਗੀ ਵਾਲੀਆਂ ਰੂਹਾਂ ਸਾਡੀ ਕੌਮ 'ਚ ਹੋਈਆਂ। ਜੋੜਨ ਵਾਲਿਆਂ ਦੇ ਪਾਸੇ ਖਲੋਈਏ, ਤੋੜਨ ਵਾਲੇ ਪਾਸੇ ਨਾ ਚੱਲੀਏ, ਜੋੜਿਆ ਜਾਏ। ਬਾਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣਾ ਵਿਚਾਰਨਾ ਬਹੁਤਾ ਜ਼ਿਆਦਾ ਜ਼ਰੂਰੀ ਹੈ। ਸਤਿਗੁਰੂ ਕੀ ਕਹਿੰਦੇ ਆ ਉਹਦੇ ਮੁਤਾਬਕ ਆਪਣਾ ਜੀਵਨ ਬਣਾਉਣ ਦੀ ਕੋਸ਼ਿਸ਼ ਕਰੀਏ, ਇਹਦੀ ਬਹੁਤੀ ਲੋੜ ਹੈ। ਕਿਉਂਕਿ ਵੇਖੇ ਆ ਕਈ ਅੰਮ੍ਰਿਤਧਾਰੀ ਹੋ ਕੇ ਵੀ ਵਹਿਮ ਨਹੀਂ ਛੱਡਦੇ। ਅੰਮ੍ਰਿਤਧਾਰੀ ਫਿਰ ਪੁੱਛਿਆ ਵਾਲਿਆਂ ਕੋਲ ਫਿਰ ਤੁਰੇ ਫਿਰਨਗੇ, ਤੇ ਜੇ ਉਹਨਾਂ ਨੂੰ ਕਹੋ ਤੂੰ ਕਿਉਂ ਜਾਂਦਾ, ਕਹਿਣਗੇ ਬਾਬਾ ਜੀ ਅੰਮ੍ਰਿਤਧਾਰੀ ਨੇ ਪੁੱਛਿਆ, ਦੇਣ ਵਾਲਾ ਹੀ ਅੰਮ੍ਰਿਤਧਾਰੀ ਹੁੰਦਾ ਗਾ, ਵੀ ਉਹ ਤਾਂ ਬਾਬਾ ਤਾਂ ਅੰਮ੍ਰਿਤ ਗੁਰਸਿੱਖ ਹੈ ਜੀ, ਉਹ ਤਾਂ ਏਦਾਂ ਕਹਿਣਗੇ, ਉਹ ਤੇ ਗੁਰਸਿੱਖ ਹੈ। ਇਹ ਪੁੱਛਿਆ ਦੇਣ ਵਾਲਿਆਂ ਨੇ ਬਹੁਤ ਸਾਡਾ ਨੁਕਸਾਨ ਕੀਤਾ, ਪੁੱਠੀਆਂ ਸਿੱਧੀਆਂ ਜਿਹੀਆਂ ਗੱਲਾਂ ਲੋਕਾਂ ਨੂੰ ਦੱਸਦੇ ਰਹਿੰਦੇ ਆ। ਚੱਜ ਦੀ ਪੁੱਛਿਆ ਇਹਨਾਂ ਨੇ ਕਦੀ ਨਹੀਂ ਦਿੱਤੀ, ਵੀ ਭੁੱਲਰ ਕਿਵੇਂ ਛੁੱਟ ਸਕਦਾ, ਇਹਨਾਂ ਨੇ ਦੱਸਿਆ ਕਦੀ? ਪੁੱਛਿਓ ਕਿ ਪੁੱਛੇ ਵਾਲੇ ਬਾਬੇ ਨੂੰ ਵੀ ਰਾਜੋਆਣਾ ਕਿਵੇਂ ਛੁੱਟੇਗਾ ਜੀ, ਦੱਸਦੇ ਪੁੱਛੇ ਵਾਲਿਆ ਬਾਬਿਆ ਦੱਸ ਰਾਜੋਆਣਾ ਕਿਵੇਂ ਛੁੱਟੇਗਾ, ਦੱਸ ਵੀ 84 ਵਾਲਾ ਜਿਹੜਾ ਇੰਨਾ ਕੁਝ ਹੋਇਆ ਸੀ ਕਤਲੇਆਮ, ਉਹਦੀਆਂ ਸਜਾਵਾਂ ਕਿਵੇਂ ਮਿਲਣਗੀਆਂ ਜਿਹੜੇ ਆਜ਼ਾਦ ਫਿਰਦੇ ਆ, ਇਹਦੇ ਬਾਰੇ ਦੇ ਪੁੱਛਿਆ ਕੀ ਦੇਣਗਾ? ਇੱਦਾਂ ਦੀ ਕੋਈ ਪੁੱਛਿਆ ਨਹੀਂ ਦੇਣਗੇ। ਵਿਚਾਰੀਆਂ ਭੋਲੀਆਂ ਪਾਲੀਆਂ ਮਾਈਆਂ ਨੂੰ ਗਈ ਜਾਣਗੇ ਵੀ ਤੂੰ ਇੱਦਾਂ ਵੀ ਇੱਦਾਂ ਭਾਈ ਤੇਰੇ ਅੱਖਾਂ ਜੀਆਂ ਬੰਦ ਕਰਕੇ 10 ਮਿੰਟ ਤੇਰੇ ਕੀਤਾ ਗੁਆਂਢਣ ਨੇ ਤੇਰੇ ਇੱਦਾਂ, ਉਹ ਵਿਚਾਰੀਆਂ ਭੋਲੀਆਂ ਨੂੰ ਠੱਗਦੇ ਨੇ। ਇੱਥੇ ਆ ਕੇ ਗੱਲ ਨਹੀਂ ਕਰਦੇ ਕਦੀ, ਇੱਥੇ ਮਾਈਕ ਲੈ ਲੈਣ, ਮਾਈਕ 'ਚ ਗੱਲ ਕਰਨ ਆ ਕੇ, ਇੱਕ ਪਾਸੇ ਇੱਥੇ ਅਸੀਂ ਬੋਲਦੇ ਹਾਂ, ਇੱਕ ਪਾਸੇ ਬੋਲੋ, ਦੱਸੋ ਵੀ ਕਿਹੜੀ ਪੁੱਛਿਆ, ਕਿਹੜਾ ਆਉਂਦਾ ਤੇਰੇ 'ਚ ਬਾਬਾ ਦੱਸ। ਇੱਥੇ ਨਹੀਂ ਆਉਣਗੇ ਕਦੀ, ਉੱਥੇ ਉੱਥੇ ਹੀ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਜਿਹਨਾਂ ਨੂੰ ਠੱਗਿਆ ਜਾ ਸਕਦਾ ਉਹਨਾਂ ਨੂੰ ਹੀ ਠੱਗ ਸਕਦੇ ਆ, ਭੋਲਿਆਂ ਨੂੰ ਇੱਥੇ ਨਹੀਂ ਗੱਲ ਕਰ ਸਕਦੇ, ਕਦੇ ਨਹੀਂ ਉਹਨਾਂ ਕੋਲ ਇਹਨਾਂ ਗੱਲਾਂ ਦੇ ਜਵਾਬ, ਉੱਥੇ ਹੀ ਪੁੱਛਿਆ ਦੇਣ ਜੋਗੇ ਆ ਘਰਾਂ 'ਚ ਹੀ। ਮਾੜਾ ਜਿਹਾ ਸਿਰ ਮਾਰ ਕੇ ਬਸ ਜੀ, ਜਾਂ ਜੀ ਆ ਗਿਆ ਜੀ ਬਾਬਾ ਆ ਗਿਆ, ਬਸ ਅਸਰ ਹੋ ਗਿਆ ਤੇਰੇ 'ਤੇ, ਸੋਹਣੀ ਗੱਲ ਕਦੀ ਨਹੀਂ ਦੱਸਦੇ। ਤੂੰ ਪਹਿਲਾਂ ਦੱਸ ਦੇ ਪੁੱਛਿਆ ਵਾਲਿਆ ਵੀ ਗੜੇ ਪੈਣਗੇ ਜਾਂ ਕੋਈ ਫਸਲ ਦਾ ਨੁਕਸਾਨ ਹੋਏਗਾ, ਵਿਚਾਰੇ ਕਿਉਂ ਐਵੇਂ ਮਰਦੇ ਫਿਰਦੇ ਨੇ ਬੀਜ ਦੇ, ਕੋਈ ਹੋਰ ਬੀਜ ਲੈਣ ਵੀ ਐਤਕੀ ਤੇਰੀ ਫਸਲ ਸਾਰੀ ਡੁੱਬੂਗੀ ਵੀ ਤੂੰ ਨਾ ਬੀਜ, ਏਦਾਂ ਦੀ ਗੱਲ ਕਦੇ ਬਾਅਦ 'ਚ ਕਹਿਣਗੇ ਪਹਿਲਾਂ ਹੀ ਦੱਸਤਾ ਸੀ। ਸੁਣੀਆਂ ਸੁਣਾਈਆਂ ਗੱਲਾਂ ਨੇ, ਇਸ ਕਰਕੇ ਭਾਈ ਸੰਗਤੇ ਇਹ ਤੇ ਰੇਸ਼ੋ ਹੈ, ਦੱਸ ਜਾਣਗੇ, ਦੋ ਦੀ ਗੱਲ ਕਦੇ ਹੋ ਵੀ ਗਈ ਠੀਕ ਤੇ ਅੱਠ ਤੇ ਇੱਦਾਂ ਦੇ, ਅੱਠ ਨਹੀਂ ਕੋਈ ਵੇਖਦਾ, ਦੋ ਵੇਖਣ ਲੱਗ ਜਾਂਦੇ ਵੀ ਉਹਦਾ ਤੇ ਵੇਖੋ ਜੀ ਦੋ ਜਣਿਆਂ ਨੂੰ ਤੇ ਸਹੀ ਦੱਸਤਾ ਸੀ, ਉਹ ਇੱਦਾਂ ਦੀ ਗੱਲ ਹੋ ਜਾਂਦੀ ਹੈ। ਇਸ ਕਰਕੇ ਆਪਾਂ ਇੱਦਾਂ ਦੀਆਂ ਗੱਲਾਂ ਦੇ ਵਿੱਚ ਨਾ ਪਿਆ ਕਰੋ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਘਰ ਨਾਲ ਜੁੜੇ ਰਹੋ ਭਾਈ, ਬਾਣੀ ਨਾਲ ਜੁੜੋ, ਬਾਣੇ ਨਾਲ ਜੁੜੋ, ਵਹਿਮਾਂ ਭਰਮਾਂ ਐਵੇਂ ਪੀਰਾਂ ਕਬਰਾਂ ਤੇ ਥਾਂ ਥਾਂ ਤੇ ਮੱਥੇ ਟੇਕਦੇ ਆਪਾਂ ਸੋਹਣੇ ਨਹੀਂ ਲੱਗਦੇ। ਸਾਡੇ ਬਾਬੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬੇ ਦੀਪ ਸਿੰਘ ਵਰਗੇ ਆ ਸਾਡੇ ਬਾਬੇ, ਸਾਡੇ ਇੱਦਾਂ ਦੇ ਬਾਬੇ ਆ। ਅਸੀਂ ਸੱਪਾਂ ਨੂੰ ਵੀ ਬਾਬੇ ਬਣਾਈ ਫਿਰਦੇ ਹਾਂ, ਸੱਪ ਕਿੱਥੇ ਬਾਬਾ ਹੁੰਦਾ ਹੈ, ਪਤਾ ਨਹੀਂ ਕਿੰਨੇ ਕੁ ਸੱਪ ਮਾਰੇ ਵੀ ਨੇ, ਬਾਬੇ ਵੀ ਬਣਾਈ ਫਿਰਦੇ ਹਾਂ, ਸਮਝ ਨਹੀਂ ਆਉਂਦੀ ਵੀ ਜਾਂ ਤੇ ਤੂੰ ਬਾਬਾ ਹੀ ਮੰਨ ਲੈ ਤੇ ਜਾਂ ਫਿਰ ਮਾਰਿਆ ਨਾ ਕਰ, ਸਮਝ ਨਹੀਂ ਨਾ ਆਉਂਦੀ ਇਸ ਗੱਲ ਦੀ। ਦੁਆਲਾ ਹੀ ਨਿਕਲਿਆ ਪਿਆ ਬੌਧਿਕ ਪੱਧਰ ਦਾ, ਦਿਮਾਗ ਤੇ ਪਾਗਲ ਹੋਏ ਫਿਰੇ, ਨਾਲੇ ਮੱਥਾ ਟੇਕਦਾ ਨਾਲੇ ਸਿਰੀ ਫੇ ਦਿੰਦਾ, ਮੱਥਾ ਵੀ ਉਹ ਵੀ ਬੰਦੇ ਪਿੰਡ 'ਚ ਟੇਕਦੇ ਆ ਵੀ ਭਾਈ ਗੁੱਗਾ ਹੈ, ਨਾਲੇ ਮੱਥਾ ਟੇਕਦਾ ਤੇ ਨਾਲੇ ਮਾਰਦਾ ਵੀ। ਭਾਵ ਕਹਿਣ ਦਾ ਇਹ ਹੈ ਵੀ ਇਹ ਗੱਲਾਂ ਨੂੰ ਅਸੀਂ ਸਮਝਣਾ ਹੈ ਜ਼ਰੂਰ। ਹੁਣ ਤੁਹਾਡੇ 'ਚ ਬੜੇ ਬੰਦੇ ਆ ਜਿਹੜੇ ਗੁੱਗਿਆਂ ਨੂੰ ਨਹੀਂ ਮੰਨਦੇ, ਹੁਣ ਨੂੰ ਲੜਿਆ ਤੇ ਹੈ ਨਹੀਂ, ਉਹਨੂੰ ਤੇ ਮਰ ਜਾਂਦੇ ਪੈ ਜਾਂਦਾ ਭੋਗ, ਬੜੇ ਨਹੀਂ ਮੰਨਦੇ, ਬੜੀ ਦੁਨੀਆ ਨਹੀਂ ਮੰਨਦੀ ਜੀ ਪਿਆਰੇ, ਉਹ ਬੜੀ ਦੁਨੀਆ ਨਹੀਂ ਮੰਨਦੀ ਗੁੱਗਿਆਂ ਨੂੰ, ਕਈ ਮੰਨਦੇ ਹੀ ਨਹੀਂ, ਹੁਣ ਨੂੰ ਤੇ ਪੈ ਜਾਂਦਾ ਭੋਗ। ਜਿਹਨੇ ਸੱਪ ਲੜ ਕੇ ਕੁਦਰਤੀ ਜੇ ਕੋਈ ਇੱਦਾਂ ਦਾ ਭਾਣਾ ਵਰਤਣਾ, ਵਰਤ ਵੀ ਜਾਣਾ ਹੈ, ਕਈ ਮੰਨਣ ਵਾਲਿਆਂ ਨੂੰ ਵੀ ਲੜ ਜਾਂਦਾ, ਮੰਨਣ ਵਾਲਿਆਂ ਨੂੰ ਵੀ ਲੜ ਜਾਂਦਾ ਕਈ। ਇਸ ਕਰਕੇ ਆਪਾਂ ਇੱਦਾਂ ਦੀਆਂ ਵਹਿਮਾਂ 'ਚ ਨਾ ਪਿਆ ਕਰੋ। ਸਾਡੇ ਬਾਬੇ ਤੇ ਏਡੇ ਵਧੀਆ ਨੇ, ਆਪਾਂ ਸੱਪਾਂ ਨੂੰ ਬਾਬੇ ਕਹਿੰਦੇ ਵੈਸੀ ਸ਼ਰਮ ਵਾਲੀ ਗੱਲ ਹੈ, ਵੀ ਸਿੱਖ ਸੱਪ ਨੂੰ ਬਾਬਾ ਕਵੇ ਇਹ ਬਹੁਤ ਮਾੜੀ ਗੱਲ ਹੈ। ਸਾਡੇ ਦੋ ਮੇਲੇ ਲੱਗਦੇ, ਇੱਕ ਛਪਾਰ ਦਾ ਇੱਕ ਜਰਗ ਦਾ, ਇੱਕ ਮੇਲੇ ਤੇ ਗਧਿਆਂ ਦੀ ਪੂਜਾ ਹੁੰਦੀ ਹੈ, ਇੱਕ ਮੇਲੇ ਤੇ ਸੱਪਾਂ ਦੀ ਪੂਜਾ ਹੁੰਦੀ ਹੈ, ਇਹ ਮੇਲੇ ਹੀ ਤਾਂ ਨਹੀਂ ਵੱਡੇ ਮੇਲੇ।
भी गधियां दी भी मानता है, गधे नूं पूजिया जांदा है, सारा साल उन्हूं कुट्टणगे, एक दिन उन्हूं मत्था टेकदे ने, गधे नूं भी बाबा जी, सप्प नूं भी बाबा जी, पता नहीं किन्ने क बाबे बनाई फिरदे आपां। आपां इन्हां गल्लां तों गुरेज कर लो, जिन्ने प्यार वाले सिंह बैठे हो, समझदार हां, समझ समझण वाले हो, ध्यान रखो इन्हां गल्लां नूं। भी जिवें कोई कह दिंदा भी इहनूं भी मत्था टेक दे, इहनूं भी टेक दे, तूं अगों पुछिया कर क्यों टेकदे होए, ऐदां पुछिया कर क्यों, अगला कहे इत्थे मत्था टेकदा क्यों, फिर अगला जवाब देवे भी क्यों तां टेकना है, भी सप्प है इदां इदां कह लै दस, जिहड़े सप्प सप्प सामने आउंदा लोकी सिरी फेर दिंदे। चाइना विच चले गए, मैं खुद भी जाके आया सी, 6-7 साल हो गए, उत्थे सप्प ही सप्प टंगे पए आ, सारिआं तों उहनां दी फेवरेट डिश सप्प है, सब तों वधिया जिहड़ी सवाद लैके खांदे आ उह सप्प ही खांदे, साडे वाले सप्प मत्था टेकदे सप्पां नूं सप्प खांदे आ, नाले चाइना साडे तों वी अगे आ, इस वेले सारिआं कंट्रियां तों अगे लगे आ चाइना, सप्प उत्थे खाधा जांदा साडे पूजिआ जांदा साडे मत्था टेकिआ जांदा सप्प नूं। इस करके आपां अकाल पुरख दे पुजारी बणीए, ते गुरु ग्रंथ साहब तो ज्ञान लईए, सतगुरु तो सिखिया लईए, असीं इन्हां गल्लां च ना पिया करिए, फलाने थां ते किसे ने कहता चार इट्टां धर लईआं दीवे जगा लै, ना आपां गुरुद्वारे जाणा, बस गुरु घर जाओ, उत्थे जाके गुरबाणी नूं पढ़ो, समझो, विचारो, जीवन बदले, सतगुरु दा ज्ञान है जिहड़ा इह चानण कर दिंदा, गुरबाणी इस जग में चानण, करम वसै मन आए, सतगुरु दा ज्ञान है जिहड़ा अंदर चानण कर दिंदा।